ਸਰਸ਼ੀ ਕਾਲ ਜੀ ਮੈਂ ਲਾਪਰਿਤ ਕਰ ਹਾਜ਼ਰਾਂ ਜੀ ਲਖਵਿੰਦਰ ਸਿੰਘ ਸੰਧੂ ਦੁਆਰਾ ਲਿਖਿਆ ਗਿਆ ਨਾਵਲ ਪਿੰਡ ਦਾ ਮੁੰਡਾ ਦਾ ਪਾਗ ਦੂਜਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਮਨਿੰਦਰ ਆਪਣੀ ਮਾਂ ਦੀ ਹਰ ਇੱਛਾ ਪੂਰੀ ਕਰਨਾ ਚਾਹੁੰਦਾ ਸੀ ਉਸ ਦੀ ਮਾਂ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਬਹੁਤ ਦੁੱਖ ਵੇਖੇ ਸਨ ਹੁਣ ਉਹਨਾਂ ਕੋਲ ਮਿਹਨਤ ਨਾਲ ਕਮਾਈ ਚਾਰ ਪੈਸੇ ਸਨ ਫਿਰ ਮਾਂ ਦੀ ਇੱਛਾ ਕਿਉਂ ਨਾ ਪੂਰੀ ਕੀਤੀ ਜਾਵੇ ਮਨਿੰਦਰ ਦੀ ਭੈਣ ਲਈ ਰਿਸ਼ਤੇ ਦੀ ਤਲਾਸ਼ ਸ਼ੁਰੂ ਹੋ ਗਈ ਉਧਰ ਯੂਨੀਵਰਸਿਟੀ 'ਚ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਦੇ ਇਲੈਕਸ਼ਨ ਆ ਗਏ ਮੁਲਾਜ਼ਮਾਂ ਦੀ ਯੂਨੀਅਨ ਲਈ ਹਰ 2 ਸਾਲ ਬਾਅਦ ਇਲੈਕਸ਼ਨ ਹੁੰਦੇ ਸਨ ਮੁਲਾਜ਼ਮਾਂ ਦੇ ਤਿੰਨ ਗਰੁੱਪ ਸਨ ਪਰ ਪਿਛਲੇ ਕਈ ਸਾਲਾਂ ਤੋਂ ਯੂਨੀਅਨ ਤੇ ਇੱਕ ਗਰੁੱਪ ਦਾ ਹੀ ਕਬਜ਼ਾ ਸੀ ਮਨਿੰਦਰ ਨੂੰ ਇਲੈਕਸ਼ਨ ਵਿੱਚ ਕੋਈ ਦਿਲਚਸਪੀ ਨਹੀਂ ਸੀ ਜਗਜੀਤ ਨੇ ਉਸ ਨੂੰ ਸਾਰੇ ਗਰੁੱਪਾਂ ਬਾਰੇ ਵਿਸਥਾਰਛ ਦੱਸ ਦਿੱਤਾ ਸੀ ਕਿਉਂਕਿ ਉਹ ਪਿਛਲੇ ਕਈ ਸਾਲਾਂ ਤੋਂ ਯੂਨੀਵਰਸਿਟੀ ਚ ਸੀਗਾ ਮਨਿੰਦਰ ਨੇ ਵੀ ਬਾਕੀ ਮੁਲਾਜ਼ਮਾਂ ਵਾਂਗ ਸਾਰੇ ਗਰੁੱਪਾਂ ਦੀਆਂ ਰੈਲੀਆਂ 'ਚ ਵੱਖ-ਵੱਖ ਯੂਨੀਅਨ ਲੀਡਰਾਂ ਦੇ ਭਾਸ਼ਣ ਸੁਨੇ ਉਸ ਨੂੰ ਇਨ੍ਹਾਂ ਭਾਸ਼ਣਾ ਤੋਂ ਮੁਲਾਜ਼ਮਾਂ ਦੀਆਂ ਕੁਝ-ਕੁਝ ਮੰਗਾਂ ਬਾਰੇ ਸਮਝ ਆ ਗਈ ਸੀ ਇਲੈਕਸ਼ਨ ਹੋ ਗਏ ਲੰਬੇ ਸਮੇਂ ਤੋਂ ਕਾਬਜ ਗਰੁੱਪ ਹਾਰ ਗਿਆ ਨਵਾਂ ਗਰੁੱਪ ਯੂਨੀਅਨ ਤੇ ਦੋ ਸਾਲ ਲਈ ਕਾਬਜ ਹੋ ਗਿਆ ਹੌਲੀ-ਹੌਲੀ ਮਨਿੰਦਰ ਨੂੰ ਵੀ ਇਸ ਵਿੱਚ ਦਿਲਚਸਪੀ ਹੋ ਗਈ ਪਰ ਹਲੇ ਉਹ ਕਿਸੇ ਗਰੁੱਪ ਵਿੱਚ ਸ਼ਾਮਲ ਨਹੀਂ ਸੀ ਹੋਇਆ ਮਨਿੰਦਰ ਦੀ ਆਦਤ ਸੀ ਕਿ ਉਹ ਲੋੜਵੰਦ ਦੀ ਪੈਸੇ ਨਾਲ ਮਦਦ ਕਰ ਦਿੰਦਾ ਸੀ ਹੋਸਟਲ 'ਚ ਵੀ ਉਹ ਇਸ ਕਾਰ ਲਈ ਮਸ਼ਹੂਰ ਹੋ ਗਿਆ ਉਸ ਨੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਉਧਾਰ ਪੈਸੇ ਦੇ ਕੇ ਮਦਦ ਕੀਤੀ ਸੀ ਉਧਰ ਮਨਿੰਦਰ ਦੀ ਮਦਦ ਨਾਲ ਪ੍ਰਕਾਸ਼ ਦੀ ਡਿਗਰੀ ਇਸ ਸੈਮੈਸਟਰ 'ਚ ਹੀ ਪੂਰੀ ਹੋ ਗਈ ਸੀ ਯੂਨੀਵਰਸਿਟੀ 'ਚ ਅਸਿਸਟੈਂਟ ਪ੍ਰੋਫੈਸਰਾਂ ਦੀਆਂ ਪੋਸਟਾਂ ਨਿਕਲੀਆਂ ਪ੍ਰਕਾਸ਼ ਨੇ ਅਪਲਾਈ ਕੀਤਾ ਤੇ ਉਸ ਦੀ ਸਿਲੈਕਸ਼ਨ ਹੋ ਗਈ ਜੇ ਉਸਦੀ ਡਿਗਰੀ ਲੇਟ ਹੋ ਜਾਂਦੀ ਤਾਂ ਇਹ ਪੋਸਟ ਉਸ ਨੂੰ ਨਹੀਂ ਸੀ ਮਿਲਣੀ ਉਸ ਨੇ ਮਨਿੰਦਰ ਦਾ ਧੰਨਵਾਦ ਕੀਤਾ ਮਨਿੰਦਰ ਯਾਰ ਜੇ ਤੂੰ ਮਦਦ ਨਾ ਕਰਦਾ ਤਾਂ ਮੈਨੂੰ ਇਹ ਨੌਕਰੀ ਨਹੀਂ ਸੀ ਮਿਲਣੀ ਮੇਰੀ ਡਿਗਰੀ ਲੇਟ ਹੋ ਜਾਣੀ ਸੀ ਫਿਰ ਪਤਾ ਨਹੀਂ ਕਦੋਂ ਦੁਬਾਰਾ ਪੋਸਟਾਂ ਨਿਕਲਦੀਆਂ ਤੇਰਾ ਇਹ एहसान ਮੈਂ ਆਪਣੀ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ ਨਹੀਂ ਵੀਰ ਇਹ ਤੇਰੀ ਮਿਹਨਤ ਦਾ ਨਤੀਜਾ ਹੈ ਮੇਰੇ ਕੋਲ ਸੀਤਾ ਮੈਂ ਤੇਰੀ ਮਦਦ ਕਰ ਦਿੱਤੀ ਵਾਹਿਗੁਰੂ ਹੈ ਦੇਣ ਵਾਲਾ ਜੇ ਮੇਰੇ ਕੋਲ ਨਾ ਹੁੰਦੀ ਤਾਂ ਕਿੱਥੋਂ ਦਿੰਦਾ ਪੈਸਾ ਤਾਂ ਬਹੁਤ ਲੋਕਾਂ ਕੋਲ ਹੁੰਦਾ ਹੈ ਪਰ ਕਿਸੇ ਦੀ ਮਦਦ ਲਈ ਕੋਈ ਹੀ ਕਰ ਸਕਦਾ ਹੈ ਯਾਰ ਵੱਡੇ ਵੀਰ ਮੈਂ ਬਹੁਤ ਪੁਰੇ ਦਿਨ ਵੇਖੇ ਨੇ 1000 ਰੁਪਏ ਦੇਣ ਲਈ ਆੜਤੀਆ ਸਾਰਾ ਦਿਨ ਬਠਾ ਕੇ ਰੱਖਦਾ ਸੀ ਨਾਲੇ ਪੈਸੇ ਵੀ ਵਿਆਸ ਤੇ ਦੇਣੇ ਸਾਨੂੰ ਸਨੇ ਪਰ ਮਿਹਨਤ ਰੰਗ ਲਿਆਈ ਵੀਰ ਹੁਣ ਉਸੇ ਆਰਤੀ ਖੁਲ ਸਾਡੇ ਪੈਸੇ ਨਹੀਂ ਵਿਆਜਦੀ ਵਿਆਜ ਵੀ ਪਿੰਡਾਂ ਕੀ ਦੇ ਕੀ ਜਾਂਦਾ ਸਹੀ ਗੱਲ ਆ ਵੀਰ ਤੇਰੀ ਮੈਂ ਆਪਣੀ ਪੋਸਟ ਤੇ ਹਾਜ਼ਰ ਹੋ ਗਿਆ ਹਾਂ ਮੇਰੇ ਲਈ ਕਦੇ ਵੀ ਕੋਈ ਵੀ ਕੰਮ ਹੋਇਆ ਬੇਚਿਜ਼ਕ ਦੱਸ ਦੇ ਠੀਕਾ ਵੀਰ ਮਨਿੰਦਰ ਨੇ ਬੜੇ ਸਤਿਕਾਰ ਨਾਲ ਕਿਹਾ ਉਧਰ ਪਿੰਡ ਮਨਿੰਦਰ ਦੀ ਭੈਣ ਲਈ ਰਿਸ਼ਤਾ ਮਿਲ ਗਿਆ ਬਹੁਤ ਵੱਡਾ ਘਰ ਸੀ ਮੁੰਡੇ ਨੂੰ 5 ਮਰਬੇ ਜਮੀਨ ਆਉਂਦੀ ਸੀ ਜਣੀ 150 ਕਿੱਲਾ ਮਨਿੰਦਰ ਦੀ ਭੈਣ ਦਾ ਸ਼ਗਨ ਸੀ ਮਨਿੰਦਰ ਵੀ 2 ਦਿਨਾਂ ਦੀ ਛੁੱਟੀ ਲੈ ਕੇ ਪਿੰਡ ਆ ਗਿਆ ਇਹ ਸ਼ਗਨ ਪਿੰਡ ਵਿੱਚ ਨਹੀਂ ਸਗੋਂ ਸ਼ਹਿਰ 'ਚ ਇੱਕ ਹੋਟਲ 'ਚ ਰੱਖਿਆ ਗਿਆ ਪਿੰਡ ਵਿੱਚ ਵਧੀਆ ਅਰੇਂਜਮੈਂਟ ਨਹੀਂ ਹੋ ਸਕਦੇ ਸਨ ਮਨਿੰਦਰ ਦੀ ਮਾਂ ਨੇ ਸਭ ਲਈ ਬਹੁਤ ਵਧੀਆ-ਵਧੀਆ ਕੱਪੜੇ ਖਰੀਦੇ ਤੇ ਨਾਲ ਗਰਮ ਸ਼ਾਲਾਂ ਤੇ ਵਧੀਆ ਕਿਸਮ ਦੇ ਕੰਬਲ ਮਨਿੰਦਰ ਨੇ ਵੀ ਖਾਣ-ਪੀਣ ਦਾ ਵਧੀਆ ਪ੍ਰਬੰਧ ਕੀਤਾ ਸੀ ਮੁੰਡੇ ਵਾਲਿਆਂ ਦੀ ਸ਼ਰਤ ਸੀ ਕਿ ਉਹ ਵਿਆਹ ਅਗਲੇ ਸਾਲ ਲੈਣਗੇ ਇਸ ਸਾਲ ਨਹੀਂ ਮਨਿੰਦਰ ਦੇ ਪਰਿਵਾਰ ਨੂੰ ਇਹ ਸ਼ਰਤ ਮਨਜ਼ੂਰ ਸੀ ਸਭ ਬਹੁਤ ਖੁਸ਼ ਸਨ ਮਨਿੰਦਰ ਦਾ ਪਰਿਵਾਰ ਖੁਸ਼ ਸੀ ਕਿ ਕੁੜੀ ਨੂੰ ਵਧੀਆ ਘਰ-ਵਾਰ ਮਿਲ ਗਿਆ ਮੁੰਡੇ ਵਾਲੇ ਖੁਸ਼ ਸਨ ਕਿ ਉਹਨਾਂ ਨੂੰ ਵਿਆਹ ਵਿੱਚ ਬਹੁਤ ਸਾਰਾ ਦਹੀਜ ਮਿਲਣ ਵਾਲਾ ਹੈ ਕਿਉਂਕਿ ਮਨਿੰਦਰ ਦੀ ਮਾਂ ਨੇ ਗੱਲਾਂ-ਵਾਟਾਂ 'ਚ ਇਸੇ ਸੰਕੇਤ ਦੇ ਦਿੱਤੇ ਸਨ ਮਨਿੰਦਰ ਦਾ ਵੀ ਹੋਸਟਲ 'ਚ ਜੀ ਲੱਗ ਗਿਆ ਸੀ ਜਦੋਂ ਵੀ ਚਾਰ ਜਣੇ ਇਕੱਠੇ ਬੈਠਦੇ ਮਨਿੰਦਰ ਤੋਂ ਗਾਣਾ ਸੁਣਨ ਦੀ ਸਿਫਾਰਸ਼ ਆ ਜਾਂਦੀ ਮਨਿੰਦਰ ਨੂੰ ਗਾਉਣ ਦਾ ਸ਼ੌਂਕ ਸੀ ਉਸ ਦੀ ਆਵਾਜ਼ ਵੀ ਬਹੁਤ ਸਰੀਲੀ ਸੀ ਉਹ ਸ਼ਾਮ ਨੂੰ ਸਾਰੇ ਕਾਮਨ ਰੂਮ 'ਚ ਬੈਠ ਕੇ ਟੀਵੀ ਵੇਖਦੇ ਟੇਬਲ ਟੈਨਿਸ ਖੇਡਦੇ ਜਾਂ ਬਾਹਰ ਲੱਗੇ ਨੱਟ ਤੇ ਵਾਲੀਬਾਲ ਖੇਡਦੇ ਇਹ ਪੰਜ ਦਿਨ ਕਿਵੇਂ ਲੰਘ ਜਾਂਦੇ ਮਨਿੰਦਰ ਨੂੰ ਵੀ ਪਤਾ ਨਹੀਂ ਲੱਗਦਾ ਮਨਿੰਦਰ ਕੋਲ ਪਿੰਡ ਬੁਲਟ ਮੋਟਰਸਾਈਕਲ ਸੀ ਉਹ ਬੁਲਟ ਮੋਟਰਸਾਈਕਲ ਯੂਨੀਵਰਸਿਟੀ ਲੈ ਆਇਆ ਹੋਸਟਲਸ ਇਹ ਪਹਿਲਾ ਮੋਟਰਸਾਈਕਲ ਸੀ ਮੁੰਡਿਆਂ ਨੂੰ ਤਾਂ ਜਿਵੇਂ ਚਾਹ ਚੜ ਗਿਆ ਮਨਿੰਦਰ ਕਿਸੇ ਨੂੰ ਜਵਾਬ ਨਹੀਂ ਸੀ ਦਿੰਦਾ ਸਾਰਾ ਦਿਨ ਉਸ ਦਾ ਮੋਟਰਸਾਈਕਲ ਮੁੰਡੇ ਯੂਨੀਵਰਸਿਟੀ 'ਚ ਭਜਾਈ ਫਿਰਦੇ ਤੇ ਅੱਧੇ ਤੋਂ ਵੱਧ ਮੁੰਡਿਆਂ ਨੇ ਮਨਿੰਦਰ ਦੇ ਮੋਟਰਸਾਈਕਲ ਤੋਂ ਹੀ ਬੁਲੇਟ ਮੋਟਰਸਾਈਕਲ ਚਲਾਉਣਾ ਸਿੱਖ ਲਿਆ ਉਹ ਸਵੇਰੇ ਮਨਿੰਦਰ ਨੂੰ ਉਸ ਦੇ ਡਿਪਾਰਟਮੈਂਟ ਛੱਡ ਆਉਂਦੇ ਤੇ ਫਿਰ ਮੋਟਰਸਾਈਕਲ ਤੇ ਘੁੰਮਦੇ ਜਗਜੀਤ ਨੇ ਕਈ ਵਾਰ ਮਨਿੰਦਰ ਨੂੰ ਸਮਝਾਇਆ ਵੀ ਉਹ ਇਹਨਾਂ ਨੂੰ ਮੋਟਰਸਾਈਕਲ ਨਾ ਦਿਆ ਕਰੇ ਕਿਉਂਕਿ ਮਾਹੌਲ ਬਹੁਤ ਖਰਾਬ ਸੀ ਮਨਿੰਦਰ ਤੂੰ ਇਹਨਾਂ ਨੂੰ ਕੰਟਰੋਲ ਕਰ ਇਹ ਸਾਰਾ ਦਿਨ ਤੇਰਾ ਮੋਟਰਸਾਈਕਲ ਭਜਾਈ ਫਿਰਦੇ ਨੇ ਕਦੇ ਕੋਈ ਲੈ ਜਾਂਦਾ ਤੇ ਕਦੇ ਕੋਈ ਉੱਪਰ ਮਾਹੌਲ ਖਰਾਬ ਆ ਜੇ ਕਿਸੇ ਨੇ ਕੋਈ ਵਾਰਦਾਤ ਕਰ ਦਿੱਤੀ ਤਾਂ ਫਸੇਗਾ ਤੂੰ ਹੀ ਜਗਜੀਤ ਨੇ ਚਿੰਤਾ ਜਤਾਈ ਤੇ ਨਾਲ ਤਾੜਨਾ ਵੀ ਤੂੰ ਚਿੰਤਾ ਨਾ ਕਰ ਇਹ ਕੈਂਪਸ ਵਿੱਚ ਹੀ ਚਲਾਉਂਦੇ ਹਨ ਮੈਂ ਇਹਨਾਂ ਨੂੰ ਹਦਾਇਤ ਕੀਤੀ ਆ ਕੀ ਕੈਂਪਸ ਤੋਂ ਬਾਹਰ ਨਹੀਂ ਜਾਣਾ ਇਸ ਦੀ ਆਰਸੀ ਨਹੀਂ ਆਂ ਦਰਅਸਲ ਆਰਸੀ ਮੈਂ ਆਪਣੇ ਕੋਲ ਰੱਖੀ ਆ ਉਹ ਤਾਂ ਤੇਰੀ ਠੀਕ ਆ ਗੱਲ ਪਰ ਤੂੰ ਮੋਟਰਸਾਈਕਲ ਆਪਣੀ ਸਹੂਲਤ ਲਈ ਲੈ ਕੇ ਆਇਆ ਚਾ ਇਹਨਾਂ ਦੇ ਚੜਨ ਲਈ ਹਾਂ ਇਹ ਤੇਰੀ ਗੱਲ ਠੀਕ ਆ ਮੇਰੇ ਕੋਲ ਤਾਂ ਰਹਿਣ ਹੀ ਨਹੀਂ ਦਿੰਦੇ ਤੈਨੂੰ ਇੱਕ ਸਲਾਹ ਦਵਾਂ ਜੇ ਗੁੱਸਾ ਨਾ ਕਰੇ ਤਾਂ ਹਾਂ ਕਹਿ ਯਾਰ ਤੇਰਾ ਗੁੱਸਾ ਕਿਉਂ ਕਰੂੰਗਾ ਮੈਂ ਤੂੰ ਮੇਰਾ ਯਾਰ ਆਂ ਤੂੰ ਐਤ ਕੀ ਸ਼ੁੱਕਰਵਾਰ ਨੂੰ ਮੋਟਰਸਾਈਕਲ ਪੇਂਡ ਛੱਡਾ ਮੇਰੀ ਗੱਲ ਮੰਨ ਵੀਰ ਚਲ ਠੀਕ ਆ ਐਤੀ ਮੈਂ ਮੋਟਰਸਾਈਕਲ ਪੇਂਡ ਛੱਡ ਆਉਂਗਾ ਜ਼ਰੂਰ ਜਗਜੀਤ ਦੀ ਗੱਲ ਮੰਨ ਕੇ ਮਨਿੰਦਰ ਬੁਲਟ ਮੋਟਰਸਾਈਕਲ ਪੇਂਡ ਛੱਡ ਆਇਆ ਉਸੇ ਸਲਾਹ ਠੀਕ ਸੀ ਕਿਉਂਕਿ ਅਗਲੇ ਦਿਨ ਹੀ ਹੋਸਟਲ ਤੇ ਸੀਆਰਪੀ ਦਾ ਛਾਪਾ ਪਿਆ ਉਹਨਾਂ ਸਾਰੇ ਮੁੰਡਿਆਂ ਦੀ ਕਮਰਿਆਂ ਦੀ ਤਲਾਸ਼ੀ ਲਈ ਜੇ ਮੋਟਰਸਾਈਕਲ ਇੱਥੇ ਹੁੰਦਾ ਤਾਂ ਉਸਦੀ ਪੁੱਛਗਿੱਛ ਜ਼ਰੂਰ ਹੋਣੀ ਸੀ ਫਿਰ ਵੀ ਭੀਤ ਖੁੱਲ ਜਾਣਾ ਸੀ ਕਿ ਮਨਿੰਦਰ ਨੌਕਰੀ ਕਰਦਾ ਹੋ ਸਕਦਾ ਇਹ ਗੱਲ ਕੋਈ ਮੁਸ਼ਕਲ ਖੜੀ ਕਰ ਦਿੰਦੀ ਉਸ ਨੇ ਸ਼ੁਰੂ ਕੀਤਾ ਕਿ ਮੋਟਰਸਾਈਕਲ ਇੱਥੇ ਨਹੀਂ ਸੀ ਮਨਿੰਦਰ ਨੇ ਆਫਿਸ ਆ ਕੇ ਜਗਜੀਤ ਦਾ ਚੰਗੀ ਸਲਾਹ ਦੇ ਲਈ ਧੰਨਵਾਦ ਕੀਤਾ ਯੂਨੀਵਰਸਿਟੀ ਚ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਲੰਚ ਟਾਈਮ ਚ ਇੱਕ ਰੈਲੀ ਰੱਖੀ ਗਈ ਸੀ ਸਾਰੇ ਮੁਲਾਜ਼ਮ ਉਸ ਰੈਲੀ ਵਿੱਚ ਸ਼ਾਮਲ ਹੋਏ ਬਹੁਤ ਭਾਰੀ ਇਕੱਠ ਹੋਇਆ ਸੀ ਰੈਲੀ 'ਚ ਇੱਕ ਪਾਸੇ ਲੇਡੀਜ਼ ਮੁਲਾਜ਼ਮ ਵੀ ਬੈਠੀਆਂ ਸਨ। ਮਨਿੰਦਰ ਤੇ ਜਗਜੀਤ ਵੀ ਰੈਲੀ 'ਚ ਗਏ। ਯੂਨੀਅਨ ਲੀਡਰ ਮੁਲਾਜ਼ਮਾਂ ਨੂੰ ਸੰਬੋਧਨ ਕਰ ਰਹੇ ਸਨ। ਮਨਿੰਦਰ ਨੇ ਜਗਜੀਤ ਨੂੰ ਕਿਹਾ, ਉਹ ਵੀ ਕੁਝ ਬੋਲਣਾ ਚਾਹੁੰਦਾ ਹੈ। ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹੈ। ਪਹਿਲਾਂ ਤਾਂ ਜਗਜੀਤ ਨੇ ਉਸ ਨੂੰ ਕਿਹਾ, ਰਹਿਣ ਦੇ ਯਾਰ, ਆਪਾਂ ਨਹੀਂ ਪੈਣਾ ਇਹਨਾਂ ਝੰਜਟਾਂ 'ਚ। ਤੂੰ ਵੀ ਵਾਕਿਆ ਵਾਂਗ ਚੁੱਪਚਾਪ ਬੈਠ ਕੇ ਸੁਣ ਤੇ ਤਾੜੀਆਂ ਮਾਰੀ ਜਾ। ਪਰ ਜਦੋਂ ਮਨਿੰਦਰ ਨੇ ਜਿੱਦ ਨਹੀਂ ਛੱਡੀ, ਤੱਕ ਜਗਜੀਤ ਉੱਠ ਕੇ ਗਿਆ ਤੇ ਉਸ ਨੇ ਸਟੇਜ ਸੈਕਟਰੀ ਨੂੰ ਮਨਿੰਦਰ ਦੀ ਇੱਛਾ ਵਾਰੀ ਦੱਸਿਆ ਸਟੇਜ ਸੈਕਟਰੀ ਨੇ ਉਸ ਦਾ ਨਾਂ ਨੋਟ ਕਰ ਲਿਆ ਇੱਕ ਬੁਲਾਰੇ ਤੋਂ ਬਾਅਦ ਸਟੇਜ ਸੈਕਟਰੀ ਨੇ ਸਟੇਜ ਤੋਂ ਕਿਹਾ ਮੁਲਾਜ਼ਮ ਸਾਥਿਓ ਮੈਨੂੰ ਇਹ ਗੱਲ ਦੱਸਦੇ ਹੋਏ ਨੂੰ ਖੁਸ਼ੀ ਹੋ ਰਹੀ ਆ ਕਿ ਸਾਡਾ ਇੱਕ ਸਾਥੀ ਮਨਿੰਦਰ ਸਿੰਘ ਮਾਨ ਆਪਣੇ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹੈ ਇਹ ਨੌਜਵਾਨ ਸਾਥੀ ਹੁਣੇ ਹੀ ਨੌਕਰੀ ਤੇ ਹਾਜ਼ਰ ਹੋਇਆ ਮੈਂ ਮਨਿੰਦਰ ਸਿੰਘ ਮਾਨ ਨੂੰ ਬੇਨਤੀ ਕਰਦਾ ਹਾਂ ਕਿ ਉਹ ਤੁਹਾਡੇ ਸਾਹਮਣੇ ਹੋਵੇ ਮਨਿੰਦਰ ਸਿੰਘ ਮਾਨ ਸਾਰਿਆਂ ਨੇ ਮਨਿੰਦਰ ਦਾ ਤਾੜੀਆਂ ਨਾਲ ਸਵਾਗਤ ਕੀਤਾ ਮਨਿੰਦਰ ਸਟੇਜ ਤੇ ਪਹੁੰਚ ਗਿਆ ਬਹੁਤ ਘੱਟ ਮੁਲਾਜ਼ਮ ਉਸ ਨੂੰ ਪਛਾਣਦੇ ਸਨ ਬਾਕੀਆਂ ਲਈ ਉਹ ਬਿਲਕੁਲ ਨਵਾਂ ਹੀ ਸੀ ਮਨਿੰਦਰ ਨੇ ਮਾਈਕ ਸੰਭਾਲਦਿਆਂ ਬੋਲਣਾ ਸ਼ੁਰੂ ਕੀਤਾ ਯੂਨੀਅਨ ਦੇ ਪ੍ਰਧਾਨ ਜਰਨਲ ਸਕੱਤਰ ਤੇ ਮੇਰੇ ਸਾਹਮਣੇ ਬੈਠੇ ਸੂਝਵਾਨ ਮੁਲਾਜ਼ਮ ਭੈਣੋ ਤੇ ਭਰਾਵੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਹਿਲਾਂ ਮੈਂ ਦੋ ਨਾਰੇ ਲਵਾਵਾਂਗਾ ਮੇਰੀ ਬੇਨਤੀ ਆ ਪੂਰੇ ਜੋਸ਼ ਨਾਲ ਨਾਰੇ ਦਾ ਜਵਾਬ ਦਿਓ ਮਨਿੰਦਰ ਨੇ ਨਾਰਾ ਲਾਇਆ ਮੁਲਾਜ਼ਮ ਇਕਤਾ ਬਾਕੀ ਮੁਲਾਜ਼ਮਾਂ ਨੇ ਜਿੰਦਾਬਾਦ ਜਿੰਦਾਬਾਦ ਕਹਿ ਕੇ ਜਵਾਬ ਦਿੱਤਾ ਇਸ ਤਰ੍ਹਾਂ ਦੋ ਤਿੰਨ ਨਾਰੇ ਲਗਵਾ ਕੇ ਮਨਿੰਦਰ ਨੇ ਬੋਲਣਾ ਸ਼ੁਰੂ ਕੀਤਾ ਉਸ ਦੇ ਬੋਲਣ ਦੇ ਅੰਦਾਜ਼ ਤੋਂ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਸੀ ਵੀ ਉਸਨੇ ਪਹਿਲਾਂ ਹੀ ਸਟੇਜ ਤੋਂ ਭਾਸ਼ਣ ਦਿੱਤੇ ਹੋਣਗੇ ਉਸਨੇ ਬਹੁਤ ਹੀ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਉਸਨੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਉਸਨੇ ਆਪਣੇ ਭਾਸ਼ਣ ਦੌਰਾਨ ਕਈ ਹਾਸੇ ਵਾਲੀਆਂ ਗੱਲਾਂ ਵੀ ਸੁناਈਆਂ ਜਦੋਂ ਉਸਨੇ ਭਾਸ਼ਣ ਖਤਮ ਕੀਤਾ ਤਾਂ ਚਾਰੇ ਪਾਸੇ ਤਾੜੀਆਂ ਵੱਜ ਰਹੀਆਂ ਸਨ ਤਾੜੀਆਂ ਦੀ ਆਵਾਜ਼ ਮਨਿੰਦਰ ਨੂੰ 8 ਸਾਲ ਪਿੱਛੇ ਲੈ ਗਈ ਮਨਿੰਦਰ ਨੇ 16ਵੇਂ ਸਾਲ 'ਚ 10ਵੀਂ ਪਾਸ ਕੀਤੀ ਸੀ ਮਨਿੰਦਰ ਦਾ ਪਰਿਵਾਰ ਹੁਣ ਸ਼ਹਿਰ ਤੋਂ ਪਿੰਡ ਸ਼ਿਫਟ ਹੋ ਗਿਆ। ਮਨਿੰਦਰ ਦੀ ਮਾਂ ਨੇ ਉਸਦੇ ਪਿਓ ਦਾ ਕਰਜ਼ਾ ਉਤਾਰਨ ਲਈ ਪਿੰਡ ਜਾ ਕੇ ਖੇਤੀ ਕਰਨ ਦਾ ਮਨ ਬਣਾ ਲਿਆ ਸੀ। ਜਵਾਨੀ ਦੇ ਇਸ ਮੋੜ ਤੇ ਜਦੋਂ ਮੁੰਡਿਆਂ ਦੇ ਹਲਕੀ-ਹਲਕੀ ਦਾੜੀ ਆਉਣੀ ਸ਼ੁਰੂ ਹੁੰਦੀ ਆ ਤੇ ਹਲਕੀਆਂ-ਹਲਕੀਆਂ ਮੁੱਛਾਂ ਤਾਹੋਂ ਬਣ ਠਣ ਕੇ ਮੋੜ ਤੇ ਖੜਨ ਲੱਗ ਜਾਂਦੇ ਹਨ। ਪਰ ਮਨਿੰਦਰ ਦੇ ਸਿਰ ਇਸ ਉਮਰ 'ਚ ਭਾਰੀ ਜ਼ਿੰਮੇਵਾਰੀ ਦਾ ਟੋਕਰਾ ਆ ਗਿਆ। ਉਹ ਖੇਤੀ ਕਰਨ ਲੱਗਾ। ਉਹ ਕਾਲਜ ਦਾਖਲਾ ਨਹੀਂ ਸੀ ਲੈਣਾ ਚਾਹੁੰਦਾ। ਉਹ ਸਿਰਫ ਤੇ ਸਿਰਫ ਖੇਤੀ ਕਰਨਾ ਚਾਹੁੰਦਾ ਸੀ ਪਰ ਉਸਦੀ ਮਾਂ ਚਾਹੁੰਦੀ ਸੀ ਕਿ ਮੇਰੇ ਮੁੰਡੇ ਦੀ ਪੜ੍ਹਾਈ ਖਰਾਬ ਨਾ ਹੋਵੇ ਮਨਿੰਦਰ ਨੇ ਮਾਂ ਦੀ ਇੱਛਾ ਪੂਰੀ ਕਰਨ ਲਈ ਕਾਲਜ 'ਚ ਵੀ ਦਾਖਲਾ ਲੈ ਲਿਆ ਉਹ ਹਰ ਰੋਜ਼ ਪਿੰਡੋਂ ਕਾਲਜ ਪੜ੍ਹਨ ਲਈ ਜਾਂਦਾ ਤੇ ਵਾਪਸ ਆ ਕੇ ਖੇਤੀ ਦਾ ਕੰਮ ਕਰਦਾ ਉਹ ਆਪ ਟਰੈਕਟਰ ਚਲਾਉਂਦਾ ਉਸ ਦੇ ਦਾਦਾ ਜੀ ਨੂੰ ਯਕੀਨ ਹੋ ਗਿਆ ਸੀ ਕਿ ਮੇਰੇ ਮੁੰਡੇ ਦੇ ਸਿਰ ਜਿੰਨਾ ਕਰਜ਼ਾ ਹੈ ਉਹ ਜ਼ਮੀਨ ਵਿੱਚੇ ਬਿਨਾਂ ਲਾਉਣ ਵਾਲਾ ਨਹੀਂ ਇਸ ਲਈ ਉਹਨਾਂ ਨੇ ਆਪਣੇ ਬੇਟੀ ਨੂੰ ਬੇਆਵਾਦ ਜ਼ਮੀਨ ਦੇ ਦਿੱਤੀ ਤਾਂ ਜੋ ਜੇ ਉਹ ਵੇਚੇ ਤਾਂ ਬੇਆਵਾਦ ਜ਼ਮੀਨ ਹੀ ਵਿਕੇ ਪਰ ਮਨਿੰਦਰ ਤੇ ਉਸਦੀ ਮਾਂ ਦਾ ਇਰਾਦਾ ਜ਼ਮੀਨ ਵੇਚਣ ਦਾ ਨਹੀਂ ਸੀ ਸਗੋਂ ਜ਼ਮੀਨ ਵਿੱਚੋਂ ਕਮਾਈ ਕਰਕੇ ਕਰਜ਼ਾ ਉਤਾਰਨ ਦਾ ਸੀ ਇਸ ਲਈ ਮਨਿੰਦਰ ਨੇ ਉਹ ਬੇਆਵਾਦ ਜ਼ਮੀਨ ਨੂੰ ਆਵਾਜ਼ ਕਰਨ ਲਈ ਬਹੁਤ ਮਿਹਨਤ ਕੀਤੀ ਤੇ ਉਸ ਵਿੱਚ ਫਸਲ ਲਗਾਈ ਉਹ ਪਾਵੇਂ ਪਿੰਡ ਤੋਂ ਕਾਲਜ ਪੜਨ ਆਉਂਦਾ ਪਰ ਉਸਦਾ ਧਿਆਨ ਪਿੰਡ ਹੀ ਰਹਿੰਦਾ ਸੀ ਮਨਿੰਦਰ ਦੇ ਕਾਲਜ ਸਟੂਡੈਂਟਸ ਦੀ ਹੜਤਾਲ ਹੋ ਗਈ ਸਟੂਡੈਂਟਸ ਯੂਨੀਅਨ ਦੇ ਲੀਡਰ ਸਾਰੇ ਵਿਦਿਆਰਥੀਆਂ ਨੂੰ ਜ਼ਬਰਦਸਤ ਧਰਨੇ ਤੇ ਲੈ ਕੇ ਆਉਂਦੇ ਮਨਿੰਦਰ ਦਾ ਕਾਲਜ ਵਿੱਚ ਪਹਿਲਾ ਹੀ ਸਾਲ ਸੀ ਇਸ ਲਈ ਉਸੇ ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ ਧਰਨੇ ਤੇ ਮਜਬੂਰੀ ਬਸ ਬੈਠਣਾ ਪੈਂਦਾ ਸਟੂਡੈਂਟਸ ਯੂਨੀਅਨ ਦੇ ਬਹੁਤੀ ਨੇਤਾ ਬਹੁਤ ਸੀਨੀਅਰ ਸਨ ਕੋਈ ਐਮਏ ਦਾ ਵਿਦਿਆਰਥੀ ਸੀ ਤੇ ਕੋਈ ਬੀਏ ਫਾਈਨਲ ਯੂਨੀਅਰ ਦਾ ਆਪ ਤਾਂ ਸੀਨੀਅਰ ਵਿਦਿਆਰਥੀਆਂ ਦੀ ਗੱਲ ਮੰਨਣਾ ਯੂਨੀਅਨ ਵਿਦਿਆਰਥੀਆਂ ਦੀ ਮਜਬੂਰੀ ਹੋ ਜਾਂਦੀ ਸੀ ਇਸ ਲਈ ਮਨਿੰਦਰ ਵੀ ਰੋਚ ਧਰਨੇ ਤੇ ਜਾਂਦਾ ਪਰ ਵਿਦਿਆਰਥੀ ਨੇਤਾਵਾਂ ਦੇ ਭਾਸ਼ਣ ਉਸ ਨੂੰ ਚੰਗੇ ਨਾ ਲੱਗਦੇ ਕਿਉਂਕਿ ਉਹ ਵਿਦਿਆਰਥੀਆਂ ਦੀਆਂ ਸਮੱਸਿਆਵਾਂ 'ਤੇ ਘੱਟ ਗੱਲ ਕਰਦੇ ਸਨ ਰਾਜਨੀਤਿਕ ਗੱਲਾਂ ਵੱਧ ਕਰਦੇ ਉਹਨਾਂ ਗੱਲਾਂ ਦਾ ਵਿਦਿਆਰਥੀਆਂ ਨਾਲ ਕੋਈ ਸਬੰਧ ਨਹੀਂ ਸੀ ਮਨਿੰਦਰ ਨੂੰ ਇਹ ਗੱਲ ਬਿਲਕੁਲ ਵੀ ਵਧੀਆ ਨਾ ਲੱਗਦੀ ਹੜਤਾਲ ਦੇ ਤੀਸਰੇ ਦਿਨ ਸਟੇਜ ਸੈਕਟਰੀ ਨੇ ਕਿਹਾ ਜੀ ਤੁਹਾਡੇ ਚ ਕੋਈ ਹੋਰ ਵਿਦਿਆਰਥੀ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਖੁੱਲਾ ਸੱਦਾ ਹੈ ਪਰ ਸ਼ਰਤ ਹੈ ਉਹ ਸਿਰਫ ਵਿਦਿਆਰਥੀਆਂ ਦੇ ਮਸਲਿਆਂ ਤੇ ਹੀ ਗੱਲ ਕਰੇ ਕੀ ਮੈਂ ਬੋਲ ਸਕਦਾ ਹਾਂ ਜੀ ਮਨਿੰਦਰ ਨੇ ਉੱਠ ਕੇ ਪੁੱਛਿਆ ਹਾਂ ਕਿਉਂ ਨਹੀਂ ਤੇਰਾ ਕੀ ਨਾਂ ਤੇ ਕਿਹੜੀ ਕਲਾਸ ਹੈ ਤੇਰੀ ਸਟੇਜ ਸੈਕਟਰੀ ਨੇ ਜਾਣਕਾਰੀ ਲਈ ਪੁੱਛਿਆ ਜੀ ਮੈਂ ਪ੍ਰਾਪਤਾ ਵਿਦਿਆਰਥੀਆਂ ਮੇਰਾ ਨਾਮ ਮਨਿੰਦਰ ਸਿੰਘ ਮਾਨ ਹੈ ਉਸਨੇ ਸਹਿਜਤਾ ਨਾਲ ਜਵਾਬ ਦਿੱਤਾ ਸਿਰਫ ਵਿਦਿਆਰਥੀਆਂ ਦੇ ਮੁੱਦੇ ਤੇ ਗੱਲ ਕਰਨੀ ਹੈ ਜੀ ਬਿਲਕੁਲ ਮਨਿੰਦਰ ਨੇ ਹਾਮੀ ਭਰੀ ਸੈਕਟਰੀ ਨੇ ਉਸ ਨੂੰ ਸਟੇਜ ਤੇ ਬੁਲਾ ਲਿਆ ਮਨਿੰਦਰ ਨੇ ਮਾਈਕ ਫੜਦੇ ਹੀ ਵਿਦਿਆਰਥੀ ਇਕਤਾ ਜ਼ਿੰਦਾਬਾਦ ਦੇ ਦੋ ਨਾਰੇ ਲਾ ਕੇ ਬੋਲਣਾ ਸ਼ੁਰੂ ਕੀਤਾ ਵਿਦਿਆਰਥੀ ਭੈਣੋ ਤੇ ਭਰਾਵੋ ਮੈਂ ਪਿਛਲੇ 2 ਦਿਨਾਂ ਤੋਂ ਇਸ ਸਟੇਜ ਤੋਂ ਸਾਡੇ ਸਤਿਕਾਰਯੋਗ ਵਿਦਿਆਰਥੀ ਨੇਤਾਵਾਂ ਦੇ ਭਾਸ਼ਣ ਸੁਣ ਰਿਹਾ ਪਰ ਮੈਨੂੰ ਇਹ ਸਮਝ ਨਹੀਂ ਆਈ ਕਿ ਉਹਨਾਂ ਨੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੀ ਵਜਾਏ ਇੱਥੇ ਨੈਸ਼ਨਲ ਤੇ ਇੰਟਰਨੈਸ਼ਨਲ ਮੁੱਦੇ ਹੀ ਡਿਸਕਸ ਕਿਉਂ ਕੀਤੇ ਨੇ ਮੈਨੂੰ ਇਸ ਕਾਲਜ ਵਿੱਚ ਸਿਰਫ 2 ਮਹੀਨੇ ਹੀ ਹੋਏ ਨੇ ਆਏ ਨੂੰ ਮੈਂ ਜੋ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਵੇਖੀਆਂ ਉਹਨਾਂ ਬਾਰੇ ਤੁਹਾਡੇ ਨਾਲ ਗੱਲ ਕਰੂੰਗਾ ਸਾਡੇ ਕਾਲਜ ਵਿੱਚ ਜਿਹੜੇ ਲੈਕਚਰ ਰੂਮ ਹਨ ਉਹਨਾਂ ਵਿੱਚ ਭਾਵੇਂ 5-5 ਪੱਖੇ ਲੱਗੇ ਹੋਏ ਨੇ ਪਰ ਚੱਲਦਾ ਸਿਰਫ ਇੱਕ ਹੀ ਹੈ ਪੱਖਾ ਨਾ ਚੱਲਣ ਦੀ ਵਜ੍ਹਾ ਕਰਕੇ ਕਲਾਸਰੂਮ ਵਿੱਚ ਗਰਮੀ ਹੁੰਦੀ ਇਸ ਲਈ ਬਹੁਤੇ ਵਿਦਿਆਰਥੀ ਕਲਾਸ 'ਚ ਨਹੀਂ ਬੈਠਦੇ ਦੂਸਰੀ ਸਮੱਸਿਆ ਸਾਡੀ ਕੰਟੀਨ ਦੀ ਹੈ ਕੰਟੀਨ ਵਿੱਚ ਗਿੰਤੀ ਦੀਆਂ ਹੀ ਕੁਰਸੀਆਂ ਨੇ ਤੇ ਟੇਬਲ ਹਨ ਉਹ ਕੁਰਸੀਆਂ ਤੇ ਟੇਬਲ ਮੇਰੇ ਕਈ ਵਿਦਿਆਰਥੀ ਵੀ ਰੋਕ ਲੈਂਦੇ ਹਨ ਮੇਰੀਆਂ ਵਿਦਿਆਰਥੀ ਪੜ੍ਹਨਾ ਲਈ ਬੈਠਣ ਦੀ ਕੋਈ ਜਗ੍ਹਾ ਨਹੀਂ ਰਹਿ ਜਾਂਦੀ ਕਿਉਂ ਮਨਿੰਦਰ ਦੀ ਇਹ ਗੱਲ ਸੁਣ ਕੇ ਜਿੰਨੀਆਂ ਕੁੜੀਆਂ ਬੈਠੀਆਂ ਸਨ ਸਭ ਨੇ ਝੋਰ-ਝੋਰ ਦੀ ਤਾੜੀਆਂ ਵਜਾਈਆਂ ਅੱਜ ਪਹਿਲੀ ਵਾਰ ਕਿਸੇ ਨੇ ਉਹਨਾਂ ਦੀ ਸਮੱਸਿਆ ਦਾ ਜ਼ਿਕਰ ਕੀਤਾ ਸੀ ਮਨਿੰਦਰ ਨੇ ਅਗਲੀ ਸਮੱਸਿਆ ਸਾਈਕਲ ਸਟੈਂਡ ਦੀ ਦੱਸੀ ਜਿੱਥੇ ਕੋਈ ਵੀ ਚੌਂਕੀਦਾਰ ਨਹੀਂ ਸੀ ਇਸ ਕਰਕੇ ਮੁੰਡੇ ਸ਼ਰਾਰਤ ਕਰਕੇ ਕੁੜੀਆਂ ਦੇ ਸਾਈਕਲਾਂ ਦੀ ਹਵਾ ਕੱਢ ਦਿੰਦੇ ਹਨ ਜਿਸ ਨਾਲ ਕੁੜੀਆਂ ਨੂੰ ਬਹੁਤ ਪਰੇਸ਼ਾਨੀ ਦਾ ਸਾਮਣਾ ਕਰਨਾ ਪੈਂਦਾ ਹੈ ਇਸ ਗੱਲ ਤੇ ਵੀ ਖੂਬ ਤਾੜੀਆਂ ਵੱਜੀਆਂ ਜਦੋਂ ਮਨਿੰਦਰ ਨੇ ਆਪਣੀ ਗੱਲ ਖਤਮ ਕੀਤੀ ਤਾਂ ਸਾਰੇ ਪਾਸੇ ਤਾੜੀਆਂ ਵੱਜ ਰਹੀਆਂ ਸਨ ਕਮਾਲ ਕਰਤੀ ਯਾਰ ਤੂੰ ਤਾਂ ਜਗਜੀਤ ਨੇ ਉਸ ਨੂੰ ਸਾਵਾਸ਼ੇ ਦਿੰਦੇ ਕਿਹਾ ਮਨਿੰਦਰ ਇੱਕਦਮ ਜਿਵੇਂ ਨੀਂਦ ਤੋਂ ਜਾਗਿਆ ਹੋਵੇ ਉਸ ਨੂੰ ਅਹਿਸਾਸ ਹੋਇਆ ਕਿ ਉਹ ਹੁਣ ਕਾਲਜ ਨਹੀਂ ਵਿਦਿਆਰਥੀ ਨਹੀਂ ਬਲਕਿ ਯੂਨੀਵਰਸਿਟੀ ਚ ਮੁਲਾਜ਼ਮ ਹੈ ਰੈਲੀ ਤੋਂ ਬਾਅਦ ਮਨਿੰਦਰ ਜਗਜੀਤ ਨਾਲ ਵਾਪਸ ਦਫ਼ਤਰ ਆ ਗਿਆ ਪਰ ਉਸ ਦਾ ਦਿਲ ਨਹੀਂ ਸੀ ਲੱਗ ਰਿਹਾ ਉਸ ਨੂੰ ਅੱਜ ਫੇਰ ਆਪਣਾ ਬੀਤਿਆ ਵਕਤ ਯਾਦ ਆ ਗਿਆ ਸੀ ਉਸ ਨੇ ਆਪਣੇ ਦੋਸਤ ਨੂੰ ਕਿਹਾ ਜਗਜੀਤ ਯਾਰ ਮੈਂ ਹੋਸਟਲ ਜਾ ਰਿਹਾ ਹਾਂ ਮੇਰਾ ਹਲਕਾ ਹਲਕਾ ਸਿਰ ਦਰਦ ਹੋ ਰਿਹਾ ਆ ਮੇਰੀ ਛੁੱਟੀ ਪਈਆ ਟੇਬਲ ਤੇ ਮਨਿੰਦਰ ਨੇ ਛੁੱਟੀ ਵਾਲੀ ਅਰਜੀ ਮੇਜ਼ ਤੇ ਰੱਖ ਦੇਿਆ ਕਿਹਾ ਮੇਰੇ ਕੋਲ ਸਿਰ ਦਰਦ ਦੀ ਗੋਲੀ ਆ ਜਗਜੀਤ ਨੇ ਆਪਣੇ ਟੇਬਲ ਦੇ ਦਰਾਜ ਚੋਂ ਸਿਰਦਰਦ ਦੀ ਗੋਲੀ ਕੱਢੀ ਤੇ ਮਨਿੰਦਰ ਨੂੰ ਦੇ ਦਿੱਤੀ ਤੂੰ ਗੋਲੀ ਲੈ ਲਾ ਜਾ ਕੇ ਆਰਾਮ ਕਰ ਦਫਤਰ ਦੀ ਚਿੰਤਾ ਨਾ ਕਰੀ ਮੈਂ ਆਪੇ ਸੰਭਾਲ ਲਵਾਂਗਾ ਮਨਿੰਦਰ ਗੋਲੀ ਲੈ ਕੇ ਹੋਸਟਲ ਆ ਗਿਆ ਉਸਨੇ ਕੱਪੜੇ ਬਦਲੇ ਤੇ ਬਿਸਤਰ ਤੇ ਲੇਟ ਗਿਆ ਬਿਸਤਰ ਤੇ ਲੇਟਦੇ ਹੀ ਉਸਨੂੰ ਫੇਰ ਕਾਲਜ ਦੀਆਂ ਯਾਦਾਂ ਨੇ ਘੇਰ ਲਿਆ ਤੇ ਉਹ ਫਿਰ ਵਾਪਸ ਕਾਲਜ ਪਹੁੰਚ ਗਿਆ ਮਨਿੰਦਰ ਦੇ ਭਾਸ਼ਣ ਤੋਂ ਬਾਅਦ ਉਹ ਕਾਲਜ ਵਿੱਚ ਬਹੁਤ ਹਰਮਨ ਪਿਆਰਾ ਹੋ ਗਿਆ ਸੀ ਖਾਸ ਤੌਰ ਤੇ ਕੁੜੀਆਂ 'ਚ ਉਸ ਨੂੰ ਯਾਦ ਆਇਆ ਥੈਂਕਸ ਜੀ ਮਨਿੰਦਰ ਜਦੋਂ ਕਾਲਜ ਤੋਂ ਬੱਸ ਸਟੈਂਡ ਵੱਲ ਜਾ ਰਿਹਾ ਸੀ ਤਾਂ ਪਿੱਛੋਂ ਇੱਕ ਕੁੜੀ ਨੇ ਆ ਕੇ ਉਸ ਨੂੰ ਕਿਹਾ ਕਿਸ ਲਈ ਜੀ ਮਨਿੰਦਰ ਨੇ ਸਹਿਜ ਸੁਭਾਅ ਕਿਹਾ ਕਿਉਂਕਿ ਉਹ ਉਸ ਕੁੜੀ ਨੂੰ ਜਾਣਦਾ ਹੀ ਨਹੀਂ ਸੀ ਸਾਡੀਆਂ ਸਮੱਸਿਆਵਾਂ 'ਤੇ ਗੱਲ ਕਰਨ ਲਈ ਜੀ ਮੈਂ ਸਮਝਿਆ ਨਹੀਂ ਮਨਿੰਦਰ ਨੂੰ ਅਜੇ ਵੀ ਗੱਲ ਸਮਝ ਨਹੀਂ ਸੀ ਆ ਰਹੀ ਮੇਰਾ ਨਾਮ ਸਹਿਜ ਹੈ ਤੇ ਮੈਂ ਪਾਠ 1 ਦੀ ਸਟੂਡੈਂਟ ਆ ਉਸ ਦਿਨ ਤੁਸੀਂ ਸਟੇਜ 'ਤੇ ਸਾਡੀਆਂ ਸਮੱਸਿਆਵਾਂ ਦੀ ਗੱਲ ਕੀਤੀ ਸੀ ਸਹਿਜ ਨੇ ਉਸ ਨੂੰ ਸਮਝਾਇਆ ਸਹਿਜ ਉੱਚੀ ਲੰਮੀ ਬਹੁਤ ਹੀ ਸੋਹਣੀ ਕੁੜੀ ਸੀ ਉਸ ਦਾ ਕਾਲਜ ਇਹ ਦੂਸਰਾ ਸਾਲ ਸੀ ਅੱਛਾ ਤੁਸੀਂ ਉਸ ਦਿਨ ਦੀ ਗੱਲ ਕਰਦੇ ਹੋ ਉਹ ਤਾਂ ਜੋ ਮੈਂ ਮਹਿਸੂਸ ਕੀਤਾ ਕਹਿ ਦਿੱਤਾ ਸੀ ਜੀ ਪਤਾ ਨਹੀਂ ਕਹਿਣਾ ਚਾਹੀਦਾ ਸੀ ਕਿ ਨਹੀਂ ਪਰ ਮੈਂ ਕਹਿ ਦਿੱਤਾ ਜੀ ਬਹੁਤ ਵਧੀਆ ਕੀਤਾ ਤੁਸੀਂ ਸਾਰੇ ਤੁਹਾਡੀ ਬਹੁਤ ਪ੍ਰਸ਼ੰਸਾ ਕਰ ਰਹੇ ਸੀ ਤੁਸੀਂ ਬਹੁਤ ਸੋਹਣਾ ਬੋਲਦੇ ਹੋ ਹੌਸਲਾ ਅਫਜਾਈ ਲਈ ਸ਼ੁਕਰੀਆ ਜੀ ਤੁਸੀਂ ਕਿੱਥੇ ਰਹਿੰਦੇ ਹੋ ਸਹਿਜ ਨੇ ਫਿਰ ਸਵਾਲ ਕੀਤਾ ਜੀ ਮੇਰਾ ਪਿੰਡ ਹੈ ਇੱਥੋਂ ਥੋੜੀ ਦੂਰ ਮੈਂ ਉੱਥੋਂ ਹੀ ਆਉਂਦਾ ਹਾਂ ਹਰ ਰੋਜ਼ ਐਨਾ ਕਹਿ ਕੇ ਮਨਿੰਦਰ ਆਪਣੇ ਰਸਤੇ ਚਲਾ ਗਿਆ ਪਰ ਸਹਜ ਦੇ ਦਿਲ ਅੰਦਰ ਉਥਲ-ਪੁਥਲ ਮਚਾ ਗਿਆ ਸਹਜ ਦੂਰ ਤੱਕ ਉਸ ਨੂੰ ਵੇਖਦੀ ਰਹੀ ਅਗਲੇ ਦਿਨ ਫਿਰ ਬਾਕੀ ਕੱਲ ਦੀ ਵੀਡੀਓ ਛੇ ਜਾਰੀ ਰੱਖਾਂਗੇ ਜੀ ਪੂਰਾ ਨਾਵਲ ਸੁਣਨ ਦੇ ਲਈ ਬਨੇ ਰਹੇ ਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਭਾਗ ਤੁਹਾਨੂੰ ਕਿਵੇਂ ਲੱਗਿਆ ਧੰਨਵਾਦ ਜੀ